ਤੋਂ ਇਲਾਵਾ ਤੁਸੀਂ ਹੁਣ ਜਿਹੜਾ ਵਾ ਕਾਰੋਬਾਰ ਆ ਕੰਮ ਹੁਣ ਕੀ ਕੋਈ ਆਪਣਾ ਬਿਜ਼ਨਸ ਕੋਈ ਚੱਲ ਰਿਹਾ ਜਾਂ ਕਰ ਰਹੇ ਹੋ ਕੀ ਇਹਦੇ ਬਾਰੇ ਜ਼ਰੂਰ ਦੱਸੋ ਜੀ। ਮੈਂ ਜੀ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਸਟਰਗਲ ਕਰਦਾ ਕਰਦਾ ਆਪਣੀ ਰੇਹੜੀਆਂ ਵਗੈਰਾ ਚਾਹ ਦਾ ਕੰਮ ਵਗੈਰਾ ਕਰਦਾ ਲੋਕਾਂ ਦੀਆਂ ਡਰਾਈਵਰੀਆਂ ਮੈਂ ਦੱਸਣਾ ਵੀ ਚਾਹੁੰਦਾ ਕਿ ਮੈਂ ਇੱਥੋਂ ਤੱਕ ਕਿ ਲੋਕਾਂ ਦੀਆਂ ਡਰਾਈਵਰੀਆਂ ਵੀ ਕੀਤੀਆਂ ਜੀ ਲੋਕਾਂ ਦੀਆਂ ਗੱਡੀਆਂ ਵੀ ਸਾਫ਼ ਕੀਤੀਆਂ ਨੇ। हाँ जी सत श्री अकाल दोस्तों, मैं ताडा अपना प्रीत मलकपुरी। तुसीं बैकग्राउंड ते वेख रहे होवोगे कि मैं अज पहुँचा होया वां इंडिया क्राइम न्यूज़ दफ्तर दे विच, ते मेरे नाल बहुत ही मेरा प्यारा वीर अखिल मल्होत्रा जी। ये बटाले शहर तो पत्रकार ने, इन्हां दी जिंदगी बारे जानदे आ ते इन्हां दी पत्रकारी लैन दे बारे आपां गल्लां-बातां करांगे। सो इस इंटरव्यू नूं ਤੁਸੀਂ ਸਾਰਾ ਐਂਡ ਤੱਕ ਜ਼ਰੂਰ ਵੇਖਿਓ ਅਤੇ ਆਓ ਆਪਾਂ ਸਵਾਗਤ ਕਰਦੇ ਹਾਂ ਅਖਿਲ ਮਲਹੋਤਰਾ ਦਾ। ਸੋ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮਲਕਪੁਰੀ ਜੀ, ਮੈਂ ਆਪਣੇ ਇੰਡੀਆ ਕ੍ਰਾਈਮ ਨਿਊਜ਼ ਚੈਨਲ ਦੇ ਉੱਤੇ ਵੀ ਤੁਹਾਡਾ ਬਹੁਤ ਸਵਾਗਤ ਕਰਦਾ। ਤੁਸੀਂ ਸਾਡੇ ਦਫ਼ਤਰ 'ਚ ਪਹੁੰਚੇ ਹੋ, ਮੇਰੇ ਨਾਲ ਮੁਲਾਕਾਤ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ। ਇੱਕ ਇਹਨਾਂ ਦਾ ਆਪਣਾ ਖੁਦ ਦਾ ਪੇਜ ਹੈ ਜੀ ਮਲਕਪੁਰੀ, ਫੇਸਬੁੱਕ ਦੇ ਉੱਤੇ ਬੜੀ ਬੜੀ ਸੋਹਣੀਆਂ ਵੀਡੀਓ ਅਪਲੋਡ ਕਰਦੇ ਨੇ ਆਪਣੇ ਪੰਜਾਬ ਦੇ ਵਿਰਸੇ ਨੂੰ ਲੈ ਕੇ। ਉਹਦੇ ਵੱਲ ਵੀ ਮੇਰੀ ਵੀਡੀਓ ਵੱਲ ਤਾਂ ਚਲੋ ਧਿਆਨ ਦੇ ਰਹਿੰਦਾ ਨਾ, ਪਰ ਮੇਰੇ ਵੱਡੇ ਭਰਾ ਦੇ ਫੇਸਬੁੱਕ ਪੇਜ ਉੱਤੇ ਮਲਕਪੁਰੀ ਦੇ ਪੇਜ ਦੇ ਨਾਮ 'ਤੇ ਇੱਕ ਫੇਸਬੁੱਕ 'ਤੇ ਪੇਜ ਇਹਨਾਂ ਦਾ, ਉਹਨੂੰ ਵੀ ਜ਼ਰੂਰ ਧਿਆਨ ਦਿਓ। ਪੰਜਾਬ ਦੇ ਬੜੇ ਸੋਹਣੇ ਸੋਹਣੇ ਵਿਚਾਰ ਤੁਹਾਨੂੰ ਮਿਲਣਗੇ। ਅਤੇ ਹੋਰ ਮਲਕਪੁਰੀ ਜੀ, ਸੋ ਸਭ ਤੋਂ ਪਹਿਲਾਂ ਅਖਿਲ ਮਲਹੋਤਰਾ ਜੀ, ਆਪਾਂ ਤੁਹਾਡੇ ਬਾਰੇ ਗੱਲ ਕਰਦੇ ਹਾਂ, ਤੁਹਾਡੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਜੀ ਮੈਂ ਇੱਕ ਛੋਟਾ ਜਿਹਾ ਕਸਬਾ ਜ਼ਿਲ੍ਹਾ ਗੁਰਦਾਸਪੁਰ ਦਾ ਬਟਾਲਾ ਸ਼ਹਿਰ ਦਾ ਰਹਿਣ ਵਾਲਾ ਜੀ। ਅੱਛਾ ਜੀ, ਅਤੇ ਜੇਕਰ ਗੱਲ ਕਰੀਏ ਤੁਹਾਡੀ ਸਟੱਡੀ ਦੀ ਕਿ ਸਟੱਡੀ ਕੰਪਲੀਟ ਹੋ ਗਈ ਹੈ ਜਾਂ ਸਟੱਡੀ ਤੁਸੀਂ ਕਰ ਰਹੇ ਹੋ? ਨਹੀਂ ਦੇਖੋ ਮਲਕਪੁਰੀ ਜੀ, ਸਟੱਡੀ ਦੀ ਜੇ ਗੱਲਬਾਤ ਕੀਤੀ ਜਾਏ ਤਾਂ ਮੈਂ ਸੱਚਾਈ ਦੇ ਦੌਰ 'ਤੇ ਚੱਲਣ ਵਾਲਾ ਬੰਦਾ, ਮੈਂ ਸੱਚਾਈ ਦੱਸਾਂਗਾ। ਮੈਂ ਨਾ ਹੀ ਬੀਕੌਮ ਕੀਤੀ ਨਾ ਹੀ ਬੀਐਡ ਕੀਤੀ ਹੈ, ਮੈਂ ਇੱਕ 10th ਕਲਾਸ ਦਾ ਪੜ੍ਹਿਆ ਵਿਦਿਆਰਥੀ ਹਾਂ। ਮੈਂ AVM ਸਕੂਲ ਤੋਂ ਠਠਿਆਰੀ ਗੇਟ ਆਪਣੇ ਆਦਰਸ਼ ਵਿਦਿਆ ਸਕੂਲ ਦੇ ਨਾਮ ਦੇ ਸਕੂਲ ਹੈ, ਮੈਂ ਉੱਥੋਂ 10th ਕਲਾਸ ਪਾਸ ਕੀਤੀ ਆ। ਉਹ ਵੀ ਮੇਰੀ ਮਜਬੂਰੀ ਸੀ, ਮੈਂ ਕਾਲਜ ਤੱਕ ਨਹੀਂ ਪਹੁੰਚ ਪਾਇਆ ਕਿ ਛੋਟੀ ਉਮਰ ਦੇ ਵਿੱਚ ਹੀ ਮੇਰੇ ਪਿਤਾ ਜੀ ਜੋ ਅੱਜ 2003 'ਚ ਉਹਨਾਂ ਦੇ ਐਕਸਪਾਇਰੀ ਹੋ ਗਏ ਸੀ, ਅਤੇ 2003 ਤੋਂ ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਇਆ ਉੱਠ ਗਿਆ ਸੀ। ਅਤੇ ਸਾਡੀ ਕੋਈ ਦੁਕਾਨਦਾਰੀ ਹੁੰਦੀਆਂ ਸੀ, ਸਾਡੇ ਮਾਂ ਪਿਓ ਨੇ ਸਾਨੂੰ ਸ਼ੁਰੂ ਤੋਂ ਸਿਖਾਇਆ ਕਿ ਆਪਣੇ ਘਰ ਦੇ ਵਪਾਰ ਦੇ ਨਾਲ ਚੱਲਣਾ ਚਾਹੀਦਾ, ਅਤੇ ਮੈਂ ਆਪਣੀ ਦੁਕਾਨਦਾਰੀ ਦੇ ਵਿੱਚ ਪੈ ਗਿਆ ਸੀ ਆਪਣੇ ਫਾਦਰ ਸਾਹਿਬ ਨਾਲ। ਮੇਰੇ ਫਾਦਰ ਸਾਹਿਬ ਵੀ ਬੜੀ ਬਿਮਾਰੀ ਵੱਡੀ ਝੁਲਸੇ ਸੀ, ਉਹ ਵੀ ਕਿਡਨੀ ਓਪਰੇਟਰ ਸੀ, ਉਹਨਾਂ ਦੀ ਵੀ ਕਿਡਨੀ ਓਪਰੇਟ ਕਰਾਈ ਗਈ ਸੀ, ਅਤੇ 2003 'ਚ ਅੱਲਾ ਨੂੰ ਪਿਆਰੇ ਹੋ ਗਏ, ਰੱਬ ਨੂੰ ਪਿਆਰੇ ਹੋ ਗਏ ਸੀ। ਅਤੇ ਛੋਟੇ ਛੋਟੇ ਆਪਾਂ ਦੋ ਭਰਾ ਸੀ, ਇੱਕ ਬ੍ਰਦਰ ਮੇਰਾ ਗੁਰਦਾਸਪੁਰ ਹੈ ਜੀ, ਇੱਕ ਮੈਂ ਹਾਂ, ਅਤੇ ਸਭ ਕੁਛ ਦੀ ਅੱਜ ਦੋ ਅਬਦੌਲਤ ਹਾਂ ਮੈਂ ਆਪਣੀ ਜਿਹੜੀ ਮੇਰੇ ਘਰ ਬੈਠੀ ਮੇਰੀ ਮਾਂ ਹੈ। ਮੈਂ ਦੱਸਣਾ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਹੀ ਇੱਕ ਮਦਰ ਡੇ ਦਾ ਦਿਵਸ ਨਿਕਲਿਆ ਸੀ, ਮਾਵਾਂ ਨੂੰ ਯਾਦ ਕੀਤਾ ਗਿਆ ਸੀ, ਬੜੀ ਫੇਸਬੁੱਕ ਦੇ ਉੱਤੇ ਅਪਲੋਡਿੰਗ ਕੀਤੀ ਗਈ ਸੀ ਲੋਕਾਂ ਵੱਲੋਂ ਕਿ ਹੈਪੀ ਮਦਰ ਡੇ, ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਦਾ ਸਿਰ 'ਤੇ ਸਾਇਆ ਨਹੀਂ ਹੈਗਾ। ਅਤੇ ਮਾਂ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ, ਪਰ ਮੈਂ ਆਪਣੀ ਜ਼ਿੰਦਗੀ ਵਿੱਚ ਲਾਈਫ 'ਚ ਮਾਂ ਨੂੰ ਪਹਿਲਾ ਰੂਪ ਮਾਂ ਦਾ ਮੰਨਦਾ, ਫਿਰ ਦੂਸਰਾ ਰੱਬ ਦਾ, ਕਿਉਂਕਿ ਜੇ ਮਾਵਾਂ ਸਾਨੂੰ ਕੁੱਕ ਤੋਂ ਜਨਮ ਨਾ ਦਿੰਦੀਆਂ ਤਾਂ ਅਸੀਂ ਨਾ ਜੰਮਦੇ, ਅਤੇ ਮਾਵਾਂ ਦੇ ਨਾਲ ਜੇ ਪਿਆਰ ਹੈ ਅਤੇ ਸਾਰੀ ਧਰਤੀ ਪੂਰੀ ਜਨਾਹ ਖੜ੍ਹੀ ਹੈ ਤੁਹਾਡੀ ਸਿਰ ਦੇ ਉੱਤੇ, ਅਗਰ ਮਾਂ ਦਾ ਸਾਇਆ ਹੈ ਤਾਂ ਤੁਹਾਨੂੰ ਕੋਈ ਵੀ ਕਹਿ ਲਓ ਕਿ ਕੋਈ ਜਾਦੂ ਟੂਣਾ ਜਾਂ ਕੋਈ ਵੀ ਅੱਜ ਕੱਲ੍ਹ ਜਿਹੜੇ ਲੋਕ ਪੈ ਗਏ ਨੇ ਲੋਕ ਦੂਸਰੇ ਕੰਮਾਂ ਦੇ ਵਿੱਚ, ਕਿਸੇ ਦਾ ਸਾਇਆ ਨਹੀਂ ਭੁੜਕ ਸਕਦਾ ਅਗਰ ਮਾਂ ਦਾ ਸਾਇਆ ਸਾਡੇ ਸਿਰ ਦੇ ਉੱਤੇ ਹੈ। ਅਤੇ ਸਭ ਦੀ ਅਬਦੌਲਤ ਉਹੀ ਆ, ਉਸਨੇ ਮੈਨੂੰ, ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਆਪਣੀ ਫੈਮਿਲੀ ਦੇ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ, ਅਤੇ ਇਸ ਤੋਂ ਇਲਾਵਾ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ? ਹਾਂਜੀ ਮਲਿਕ ਜੀ, ਮੈਂ ਦੱਸਣਾ ਚਾਹੁੰਦਾ ਕਿ ਰੱਬ ਦੀ ਦੁਆਵਾਂ ਦੇ ਨਾਲ ਜੀ ਅੱਜ ਮੇਰੀ ਸ਼ਾਦੀ ਨੂੰ 5 ਸਾਲ ਹੋ ਗਏ ਆ ਜੀ। ਅੱਛਾ, ਰੱਬ ਨੇ ਬੜੀ ਵਧੀਆ ਸੋਹਣੀ ਜੋੜੀ ਬਣਾਈ ਹੈ ਜੀ, ਅਤੇ ਰੱਬ ਨੇ ਘਰ ਝੋਲੀ ਭਰੀ ਹੈ, ਇੱਕ ਮੇਰੀ ਗੁੜੀ ਹੈ ਜੀ। ਅਤੇ ਇਸ ਤੋਂ ਇਲਾਵਾ ਆਪਾਂ ਅਖਿਲ ਮਲਹੋਤਰਾ ਜੀ ਗੱਲ ਕਰਦੇ ਹਾਂ, ਜੇਕਰ ਅਸੀਂ ਗੱਲ ਕਰੀਏ ਤੁਹਾਡੇ ਕਾਰੋਬਾਰ ਦੀ, ਅਤੇ ਪੇਸ਼ੇ ਵਜੋਂ ਤੁਹਾਡਾ ਕੀ ਕੰਮ ਹੈ? ਵੇਖੋ ਜੀ ਮਲਕਪੁਰੀ ਜੀ, ਪੇਸ਼ੇ ਬਾਰੇ ਮੈਂ ਸੱਚਾਈ ਉਹ ਦੱਸਾਂਗਾ ਜੋ ਆ, ਕਿਉਂਕਿ ਮੈਂ ਲੋਕਾਂ ਕੋਲ ਲੁਕਾਉਣਾ ਨਹੀਂ ਚਾਹੁੰਦਾ ਮੇਰੀ ਸੱਚਾਈ। ਬਟਾਲਾ ਸ਼ਹਿਰ 'ਚ ਰਹਿੰਦੇ ਮੈਨੂੰ ਅੱਜ ਲੰਬਸਮ ਕੋਈ, ਮੇਰਾ ਜਨਮ ਹੀ ਇੱਥੋਂ ਦਾ, 30 ਸਾਲ ਮੈਨੂੰ ਹੋ ਚੁੱਕੇ ਨੇ, ਮੇਰੀ ਲੰਬਸਮ ਉਮਰ ਕੋਈ 33-34 ਸਾਲ ਦੀ ਉਮਰ ਹੈ ਮੇਰੀ। ਮੇਰਾ ਜਨਮ ਸਥਾਨ ਇੱਥੋਂ ਦਾ ਹੈ ਕਿ ਪਹਿਲੇ ਤਾਂ ਸਾਡਾ ਕਾਰੋਬਾਰ ਬਹੁਤ ਜ਼ਿਆਦਾ ਸੀ ਜੀ, ਗਾਂਧੀ ਚੌਂਕ 'ਚ ਸਾਡੀ ਮੇਨ ਦੁਕਾਨ ਆ,
ਉੱਥੇ ਸਾਡਾ ਇੱਕ ਜਰਨਲ ਸਟੋਰ ਹੁੰਦਾ ਰਿਹਾ ਜੀ। ਮੇਰੇ ਫਾਦਰ ਸਾਹਿਬ ਹੋਲਸੇਲ ਦਾ ਜਰਨਲ ਸਟੋਰ ਦਾ ਕੰਮ ਕਰਦੇ ਰਹੇ ਨੇ। ਬਹੁਤ ਮਿਹਰ ਸੀ ਰੱਬ ਦੀ ਜੀ, ਬਹੁਤ ਕਾਰੋਬਾਰ ਸੀ। ਕੁਛ ਤਨਹਾਈਆਂ, ਕੁਛ ਐਸੇ ਬਦਲਾਵ ਆਏ ਸਾਡੀ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਸਭ ਕੁਛ ਡੋਬ ਕੇ ਰੱਖ ਦਿੱਤਾ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ। ਕਹਿੰਦੇ ਕਿ ਬੰਦਾ ਡੁੱਬਦਾ ਅਤੇ ਕਿਸ਼ਤੀਆਂ ਲੈ ਕੇ ਜਦੋਂ ਤਲਾਅ 'ਚ ਜਾਈਏ ਅਤੇ ਜਦੋਂ ਚੰਬਾ ਟੁੱਟ ਜਾਂਦਾ ਹੈ ਪਾਣੀ ਨੂੰ ਚਲਾਉਣ ਵਾਲਾ, ਕਿ ਉਹ ਟੁੱਟ ਜਾਏ ਤਾਂ ਉਹੀ ਚੱਕਰ ਬਣਿਆ ਮੇਰੇ ਨਾਲ ਵੀ। ਮੇਰੀ ਜ਼ਿੰਦਗੀ ਦੇ ਵਿੱਚ ਬੜਾ ਰੁਤਬਾ ਸੀ ਸਾਡਾ ਜੀ। ਬਟਾਲਾ ਸ਼ਹਿਰ 'ਚ ਮਲਹੋਤਰਾ ਫੈਮਿਲੀ ਤੋਂ ਅਸੀਂ ਬਿਲੋਂਗ ਕਰਦੇ ਹਾਂ ਅਤੇ ਸਾਡੇ ਫਾਦਰ ਸਾਹਿਬ ਦੁਕਾਨ ਕਰਦੇ ਸੀ। ਅਸੀਂ ਵੀ ਉਹਨਾਂ ਨਾਲ ਬੜਾ ਰੁਤਬਾ ਕਾਇਮ ਕੀਤਾ ਦਾ ਸੀ ਕਿ ਬੜਾ ਨਾਮ ਹੁੰਦਾ ਸੀ ਸਾਡੇ ਦੁਕਾਨ ਦਾ। ਰਾਮਕ੍ਰਿਸ਼ਨ ਮਲਹੋਤਰਾ ਜਨਰਲ ਸਟੋਰ 'ਤੇ ਸਾਡੀ ਦੁਕਾਨ ਹੁੰਦੀ ਸੀ ਡੇਰਾ ਰੋਡ 'ਤੇ। ਬਹੁਤ ਜ਼ਿਆਦਾ ਕਾਰੋਬਾਰ ਹੁੰਦਾ ਸੀ ਅਤੇ ਅਸੀਂ ਵੀ ਸ਼ੁਰੂ ਤੋਂ ਦੁਕਾਨਦਾਰੀਆਂ ਕਰਦੇ ਆਏ ਹਾਂ। ਅਤੇ ਲਾਈਫ ਬਾਰੇ ਮੈਂ ਤੁਹਾਨੂੰ ਆਪਣੀ ਦੱਸ ਦਿੰਦਾ ਕਿ ਆਪਾਂ ਸ਼ੁਰੂ ਤੋਂ ਹੀ ਆਪਣੀ ਦੁਕਾਨਦਾਰੀ ਵੱਲ ਧਿਆਨ ਦਿੰਦੇ ਰਹੇ। ਜਦੋਂ ਛੋਟੇ ਹੁੰਦੇ ਸੀ ਸਾਡੇ ਫਾਦਰ ਸਾਹਿਬ ਸਾਨੂੰ ਘਰ ਤੋਂ ਲੈ ਕੇ ਆਉਂਦੇ ਸੀ, ਦੁਕਾਨਾਂ 'ਤੇ ਡਿਊਟੀ ਦੇਣੀ ਪੈਂਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਜ ਉਹਨਾਂ ਦੀ ਬਦੌਲਤ ਹੀ ਅੱਜ ਫਿਰ ਮੈਂ ਗਾਂਧੀ ਚੌਂਕ 'ਚ ਦੁਕਾਨ ਕਰ ਰਿਹਾ। ਮੈਂ ਥੋੜ੍ਹਾ ਜਿਹਾ ਤੁਹਾਨੂੰ ਆਪਣੀ ਲਾਈਫ ਬਾਰੇ ਜ਼ਰੂਰ ਦੱਸਦਾ ਕਿ ਜਦੋਂ ਸਾਡਾ ਕੋਈ ਚੰਗਾ ਟਾਈਮ ਸੀ, ਚੰਗੇ ਟਾਈਮ 'ਚ ਸਭ ਕੁਛ ਮਲਹੋਤਰੇ ਨੇ, ਗੱਡੀਆਂ, ਕਾਰਾਂ ਵਗੈਰਾ, ਹਰ ਕਾਰੋਬਾਰ ਸਾਡਾ ਬਹੁਤ ਵਧੀਆ, ਘਰ ਬਾਰ ਬਹੁਤ ਵਧੀਆ ਹੁੰਦਾ ਸੀ। ਕੁਛ ਡੰਗਾਈ ਦੇ ਵਿੱਚ ਮੈਂ ਜਾਣਾ ਚਾਹੁੰਦਾ, ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਹਾਡੇ 'ਤੇ ਮਾੜਾ ਟਾਈਮ ਆਵੇ ਕਦ ਵੀ ਡੋਲਿਓ ਨਾ, ਕਿਉਂਕਿ ਰੱਬ ਦਾ ਸਹਾਰਾ ਅਤੇ ਕਮਾ ਦਾ ਸਹਾਰਾ ਜਦੋਂ ਤੱਕ ਸਿਰ ਦੇ ਉੱਤੇ ਹੈ ਤੁਹਾਨੂੰ ਕੋਈ ਵੀ ਤੁਹਾਨੂੰ ਰੂਹ ਤੱਕ ਛੂਹ ਨਹੀਂ ਸਕਦੀ। ਮੇਰਾ ਤਾਂ ਐਸਾ ਮਾੜਾ ਟਾਈਮ ਆਇਆ ਸੀ ਕਿ ਕੁਛ ਟਾਈਮ ਪਹਿਲੇ ਮੈਂ ਐਸੇ ਦੁਕਾਨ, ਜੋ ਅੱਜ ਮੈਂ ਡੇਰਾ ਰੋਡ 'ਤੇ ਦੁਕਾਨ ਅੱਜ ਵੀ ਕਰ ਰਿਹਾ, ਐਸੇ ਦੁਕਾਨ ਦੇ ਅੱਗੇ ਜਦੋਂ ਮੇਰਾ ਗਰੀਬੀ ਟਾਈਮ ਆਇਆ ਸੀ ਅਤੇ ਮੈਂ ਉਸ ਟਾਈਮ ਦੇ ਉੱਤੇ ਆਪਣੀ ਦੁਕਾਨ ਦੇ ਬਾਹਰ ਸਭ ਤੋਂ ਪਹਿਲੇ ਜੀ ਜਿਹੜਾ ਰੇਹੜੀ ਚਾਲਕ ਦਾ ਕੰਮ ਹੁੰਦਾ ਹੈ ਕਿ ਸਬਜ਼ੀ ਦੀਆਂ ਰੇਹੜੀਆਂ ਤੱਕ ਦੇ ਮੈਂ ਕੰਮ ਕੀਤੇ ਨੇ। ਫਿਰ ਮੈਂ ਚਾਹ ਵਗੈਰਾ ਦੇ, ਚਾਹ ਵੇਚੀ ਹੈ ਜੀ ਆਪਣੀ ਦੁਕਾਨ ਦੇ ਬਾਹਰ। ਪਹਿਲੇ ਨਾਮ ਬੜਾ ਹੁੰਦਾ ਸੀ, ਫਿਰ ਮੈਨੂੰ ਸ਼ਰਮ ਵੀ ਆਉਂਦੀ ਸੀ ਕਿ ਮੈਂ ਕਿਹੜਾ ਕੰਮ ਕਰ ਰਿਹਾ, ਜਿੱਥੇ ਸਾਡੇ ਦੁਕਾਨ ਦੇ ਵਰਕਰ ਕੰਮ ਕਰਦੇ ਸੀ। ਤਿੰਨ ਤਿੰਨ ਚਾਰ ਚਾਰ ਵਰਕਰ ਮੇਰੀ ਦੁਕਾਨ 'ਤੇ ਮੇਰੇ ਕੋਲ ਕੰਮ ਕਰਦੇ ਸੀ। ਫਿਰ ਮੈਨੂੰ ਉਹ ਲੋਕਾਂ ਵਾਸਤੇ ਕੰਮ ਕਰਨਾ ਪੈ ਗਿਆ। ਮੈਂ ਚਾਹ ਦਾ ਕੰਮ ਵੀ ਕੀਤਾ ਆਪਣੀ ਦੁਕਾਨ ਦੇ ਉੱਤੇ, ਰੇਹੜੀਆਂ ਤੱਕ ਲਗਾਈਆਂ। ਪਰ ਫਿਰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਮਾਂ ਦਾ ਸਾਇਆ ਮੇਰੇ ਸਿਰ ਦੇ ਉੱਤੇ ਹੈ, ਮੇਰੀ ਮਾਂ ਦਾ ਹੱਥ ਮੇਰੇ ਸਿਰ ਦੇ ਉੱਤੇ ਸੀ, ਮੈਂ ਕਦੀ ਡੋਲਿਆ ਨਹੀਂ। ਅਤੇ ਮੇਰੀ ਮਾਂ ਨੇ ਮੈਨੂੰ ਬੜਾ ਆਸਰਾ ਦਿੱਤਾ। ਮੈਂ ਜਦੋਂ ਘਰ ਤੋਂ ਨਿਕਲਦਾ ਸੀ, ਇੱਕ ਮਾਂ ਮੇਰੀ ਰੋਟੀ ਦਾ ਡੱਬਾ ਦਿੰਦੀ ਹੁੰਦੀ ਸੀ ਕਿ ਪੁੱਤਰ ਰੋਟੀ ਖਾ ਲਈ, ਅਤੇ ਮੈਂ ਆਪਣੀ ਮਾਂ ਨੂੰ ਵੀ ਨਹੀਂ ਦੱਸਦਾ ਹੁੰਦਾ ਸੀ ਕਿ ਦੁਕਾਨ 'ਤੇ ਜਾ ਕੇ ਕਿ ਮੈਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਬੜੀ ਕੜੀ ਮਿਹਨਤ ਕੀਤੀ ਹੈ ਜੀ। ਮੈਂ ਇਹੀ ਆਪਣੇ ਯਾਰਾਂ ਦੋਸਤਾਂ ਨੂੰ, ਅੱਜ ਦੀ ਯੁਵਾ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਕਿ ਜਦ ਵੀ ਸਮਾਂ ਟਾਈਮ ਮਾੜਾ ਚੱਲਦਾ, ਕਦੀ ਡੋਲੋ ਨਾ, ਹਿੰਮਤ ਕਰੋ, ਹਿੰਮਤ ਦੇ ਅੱਗੇ ਜ਼ੋਰ ਬਣਾਓ, ਆਪਣਾ ਦੁਨੀਆ ਨੂੰ ਜ਼ੋਰ ਦਿਖਾਓ ਕਿ ਅਸੀਂ ਕੁਛ ਕਰ ਸਕਦੇ ਹਾਂ। ਮੈਂ ਉਹ ਵੀ ਗੱਲ ਕਰਨਾ ਚਾਹੁੰਦਾ ਕੁਛ ਪੰਜਾਬੀ ਸਾਡੇ ਪੰਜਾਬ ਨੂੰ ਛੱਡ ਕੇ ਜਿਹੜੇ ਬਾਹਰ ਨੂੰ ਭੱਜੀ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਗਹਿਣੇ ਪਾਉਂਦੇ ਨੇ, ਇੱਥੋਂ ਮਾਂ ਪਿਓ ਪਿੱਛੋਂ ਪਛਤਾਉਂਦੇ ਨੇ ਇਸ ਚੀਜ਼ਾਂ ਨੂੰ। ਬਾਹਰ ਨਾ ਜਾਓ, ਇੱਥੇ ਮਿਹਨਤ ਕਰੋ, ਸਾਡੇ ਪੰਜਾਬ ਦੇ ਵਿੱਚ ਬੜਾ ਕੁਛ ਹੈ। ਅਤੇ ਹੋਰ ਮਲਕਪੁਰੀ ਜੀ, ਮੈਂ ਫਿਰ ਤੁਹਾਨੂੰ ਹੋਰ ਵੀ ਦੱਸ ਦਿੰਦਾ। ਇਸ ਤੋਂ ਇਲਾਵਾ ਆਪਾਂ ਹੋਰ ਤੁਹਾਡੇ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਤੁਸੀਂ ਹੁਣ ਬਟਾਲੇ ਆਪਣੇ ਸ਼ਹਿਰ ਤੋਂ ਪੱਤਰਕਾਰੀ ਦੇ ਵਿੱਚ ਹੈਗੇ ਹੋ ਜੀ, ਅਤੇ ਪੱਤਰਕਾਰੀ ਲੈਣ ਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਰੁਝਾਨ, ਇਹ ਕਿਵੇਂ ਤੁਸੀਂ ਫਿਰ ਐਂਟਰ ਹੁੰਦੇ ਇਹਦੇ ਵਿੱਚ, ਤੁਹਾਡੀ ਜਿਹੜੀ ਹੈ ਐਂਟਰੀ ਉਹ ਕਿਵੇਂ ਹੁੰਦੀ? ਨਹੀਂ ਵੇਖੋ ਜੀ, ਸਭ ਤੋਂ ਪਹਿਲਾਂ ਕਿਸੇ ਕੰਮ ਵਾਸਤੇ ਗੁਰੂ ਧਾਰਨ ਜ਼ਰੂਰ ਹੁੰਦੀ ਹੈ ਜੀ। ਹਾਂਜੀ, ਮੈਂ ਆਪਣੇ ਤੁਹਾਡੇ ਕੈਮਰੇ ਅੱਗੇ ਜ਼ਰੂਰ ਇੱਕ ਵਾਰੀ ਆਪਣੀ ਗੱਲ ਨੂੰ ਰੱਖਾਂਗਾ, ਪੱਖ ਪੂਰਾ ਦਿਆਂਗਾ, ਕਿਸੇ ਦਾ ਲੁਕਾ ਨਹੀਂ ਰੱਖਾਂਗਾ। ਭਾਵੇਂ ਸਾਡੇ ਇੰਡੀਆ ਕ੍ਰਾਈਮ ਨਿਊਜ਼ ਚੈਨਲ 'ਤੇ ਆ, ਭਾਵੇਂ ਤੁਸੀਂ ਸ਼ੇਅਰ ਕਰਨੀ ਹੈ ਚੀਜ਼ਾਂ ਨੂੰ, ਅਤੇ ਅਗਰ ਉਹ ਸੁਣਦੇ ਹੋਣ ਮੇਰੀ ਸ਼ੇਅਰ, ਤਾਂ ਮੈਂ ਆਪਣੀ ਗੁਰੂ ਸਿੱਖਿਆ ਜਿਹੜੀ ਸਾਡੇ ਬਟਾਲਾ ਸ਼ਹਿਰ ਦੇ ਸਾਡੇ ਹੀ ਚੈਨਲ ਦੇ ਪੱਤਰਕਾਰ ਸੀ ਸਨ ਜੀ, ਰਿੰਕੂ ਰਾਜਾ ਅਤੇ ਮੈਡਮ ਨਰਿੰਦਰ ਕੌਰ ਪੁਰੇਵਾਲ, ਬੜੇ ਅੱਛੇ ਪੱਤਰਕਾਰ ਸਨ ਸਾਡੇ ਬਟਾਲਾ ਸ਼ਹਿਰ ਦੇ। ਇੰਡੀਆ ਕ੍ਰਾਈਮ ਨਿਊਜ਼ ਦਾ ਚੈਨਲ ਨੂੰ ਫੇਮਸ ਕਰਨ ਵਾਸਤੇ ਉਹਨਾਂ ਨੇ ਦਿਨ ਰਾਤ ਸੇਵਾ ਕੀਤੀ ਹੈ। ਮੇਰੀ ਅੱਜ ਤੋਂ 4 ਸਾਲ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਜੀ, ਕਿਤੇ ਉਹਨਾਂ ਨੇ ਮੇਰਾ ਥੋੜ੍ਹਾ ਜਿਹਾ ਪੱਖ ਲਿਆ, ਮੇਰੀ ਦੁਕਾਨ 'ਤੇ ਆ ਕੇ ਮੇਰੇ ਕੋਲ ਬੈਠੇ, ਮੈਨੂੰ ਕਹਿੰਦੇ ਕਿ ਤੁਹਾਡੇ 'ਚ ਹੁਨਰ ਹੈਗਾ, ਤੁਸੀਂ ਬੜਾ ਹੀ ਕੰਮ ਕਰਦੇ ਹੋ, ਸਾਡੇ ਨਾਲ ਪੱਤਰਕਾਰੀ ਦਾ ਕੰਮ ਕਰੋਗੇ। ਮੈਂ ਉਹਨਾਂ ਦਾ ਸਿਰ 'ਤੇ ਮੇਰਾ ਹੱਥ ਰੱਖਿਆ ਅਤੇ ਮੈਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਪੱਤਰਕਾਰੀ ਦੀ ਲਾਈਨ ਦੇ ਵਿੱਚ ਪਿਆ ਜੀ। ਮੈਂ ਉਹਨਾਂ ਦਾ ਦੇ ਨਹੀਂ ਦੇ ਸਕਦਾ, ਆਪਣੇ ਬਟਾਲਾ ਤੋਂ ਰਿੰਕੂ ਰਾਜਾ ਜੀ ਜਿਹੜੇ, ਅਤੇ ਮੈਡਮ ਨਰਿੰਦਰ ਕੌਰ ਪੁਰੇਵਾਲ ਜਿਹੜੇ ਇੰਡੀਆ ਕ੍ਰਾਈਮ ਨਿਊਜ਼ ਦੇ ਪੱਤਰਕਾਰ ਰਹਿ ਚੁੱਕੇ ਨੇ, ਹੁਣ ਉਹ ਖੁਦ ਦਾ ਆਪਣਾ ਚੈਨਲ ਆਰ ਐਨ ਨਿਊਜ਼ ਦੇ ਨਾਮ 'ਤੇ ਆਪਣਾ ਚੈਨਲ ਚਲਾ ਰਹੇ ਨੇ। ਰੱਬ ਉਹਨਾਂ ਨੂੰ, ਮੈਂ ਕਹਿੰਦਾ ਕਿ ਦਿਨ ਰਾਤ ਤਰੱਕੀਆਂ ਬਖਸ਼ੇ ਜੀ। ਮੇਰੀ ਭੈਣ ਨਰਿੰਦਰ ਕੌਰ ਪੁਰੇਵਾਲ ਅਤੇ ਰਿੰਕੂ ਰਾਜਾ ਮੇਰੇ ਵੱਡੇ ਭਰਾ ਨੇ, ਜਿਨ੍ਹਾਂ ਦੀ ਮੈਂ ਗੁਰੂ ਸਿੱਖਿਆ ਲੈ ਕੇ ਅੱਜ ਪੱਤਰਕਾਰੀ ਦੀ ਲੈਣ ਤੱਕ ਪਹੁੰਚਿਆ, ਕਿ ਅੱਜ ਰੱਬ ਨੇ ਮੇਰਾ ਰੁਤਬਾ ਇੰਨਾ ਕਾਇਮ ਕਰਤਾ ਜੀ। ਉਹਨਾਂ ਦੀ ਸਟਰਗਲ ਆਪਣੀ ਕਰ ਕਰਕੇ, ਉਹਨਾਂ ਕੋਲ ਕੁਛ ਸਿੱਖ ਕੇ ਅੱਜ ਮੈਂ ਅੱਗੋਂ ਆਪਣੇ, ਮੇਰੇ ਕੋਲ ਕਈ ਬੱਚੇ ਆਉਂਦੇ ਨੇ ਜੀ, ਕਈ ਬੱਚੇ ਮੁੰਡੇ ਮੇਰੇ ਕੋਲ ਤਿਆਰ ਹੋਣਾ ਸੀ, ਭਾਅ ਜੀ ਸਾਨੂੰ ਪੱਤਰਕਾਰੀ ਦਾ ਗੁਣ ਦਿਓ। ਮੈਂ ਤਾਂ ਉਹਨਾਂ ਨੂੰ ਕਹਿੰਦਾ ਕਿ ਭਰਾ ਮੇਰੇ ਕੋਲ ਤਾਂ ਕੁਛ ਐਸਾ ਨਹੀਂ, ਮੈਂ ਤਾਂ ਆਪ ਇਹ ਗੁਣ ਹੈ ਜਿਹੜਾ। ਫਿਰ ਮੈਂ ਤੁਹਾਨੂੰ ਆਪਣੇ ਨਾਲ ਹੀ ਸਾਡੇ ਜਿਹੜੇ ਇੰਡੀਆ ਕ੍ਰਾਈਮ ਨਿਊਜ਼ ਚੈਨਲ ਦੇ ਜਿਹੜੇ MD ਨੇ ਸਾਡੇ, ਸੁਖਨਾਮ ਸਿੰਘ ਜੀ ਕਾਲੋ, ਉਹਨਾਂ ਦਾ ਬੜਾ ਦਿਲੋਂ ਧੰਨਵਾਦ ਕਰਦਾ ਜੀ। ਮੇਰੀ ਸਾਰੀ ਗੁਰੂ ਸਿੱਖਿਆ ਤਾਂ ਮੈਂ ਤੁਹਾਨੂੰ ਦੱਸਤੀ ਕਿ ਜਿਹਦੇ ਕੋਲ ਲੈ ਕੇ ਤੁਰਿਆ ਹਾਂ, ਪਰ
मेरा सुखनाम सिंह कालो जी का हाथ मेरे सिर के उत्ते बड़ा वड्डा जी। मैं जिहड़ी भी गलबात है कोई भी खबर बटाला शहर के अंदर नशर करना मैं सब तो पहले उन्होंने सलाह तो बिना नहीं तुरदा जी, क्योंकि कहिंदे आ जी जदों कल्ला बंदा तुरना शुरू हो जावे तो कई दुश्मन के मोढ़े के उत्ते हाथ जिहड़ा पै जांदा है तो एक साया सिर के उत्ते होवे तो सब नूं बचा लैंदा। उही गल जी सुखनाम सिंह जी कालो साडे एम डी साहब ने एडिटर साहब ने साडे इंडिया क्राइम न्यूज़ चैनल दे मैं उन्हां दा धन्नवाद करदा हाँ जिहड़े ने अज बटाला शहर च मेरी जिहड़ी जी शोभा बनाई है जी। तो इस तो अलावा जी गल आपां गल करिए कि अक्सर कहा जाता कि पत्रकार जिहड़े आ उह समाज का शीशा हुंदे ने जी, जो भी समाज दे विच कुछ चल रहा होवे वरत रहा होवे उह पत्रकार का फर्ज हुंदा वा कि उहनूं सच ते झूठ नूं सामने लिया के आउणा। तो तुसीं पत्रकारी लाइन नूं तुसीं पत्रकार नूं किन्ना क इह मानदे हो कि जिहड़ी मीडिया लाइन आ न्यूज़ चैनल आ इह किन्ने क आज़ादी दे नाल काम कर रहे ने? देखो जी मलकपुरी जी बड़ी वधिया गल पुछी आ तुसीं पत्रकारी नूं, क्योंकि मैनू हले 4 साल होए ने पत्रकारी करदिया, मैं अपने आप नूं बहुती सच्चाई नहीं देना चाहुंदा पर मैं जरूर सुनिया जरूर है जी अपने वड्डे सीनियर साडे बटाला शहर च पत्रकार ने डेली पोस्ट चैनल तो जी जतिंदर कुंदल जी एक साडे वड्डे भरा ने जसविंदर बेदी जी जिहड़े मेरी दुकान ते आके मेरे कोल बैठदे खलोंदे सी, मैं उहनां कोलों ही गुण सिख के सारे इस पत्रकारी लाइन दे विच पिया। बड़े बड़े सीनियर मेरे तो वड्डे पत्रकार ने बटाला शहर च, मैं तो छोटा जिहा मनियादा हाँ, मैं सिर्फ यही जानदा हाँ कि उहनां वी यही जानदे आ कि जिहड़ा पत्रकारी नूं अपने देश दे चौथा स्तंभ मनिया जांदा, अगर किसी की सुनाई नहीं हुंदी किसे पासे भी तो पत्रकार नूं याद किया जांदा है। अज कल साडे जिहड़े वीर भरा ने कई पत्रकारी नूं लोकी गलत यूजिंग दे विच करदे पए ने, कई लोकी आई कार्ड जिहड़े ने अपने डुप्लीकेट बना के इस चीज़ नूं फायदा लेंदे ने पंजाब पुलिस तों बचण वास्ते कि साडा चलान ना कट्टिया जावे, स्कूटरियां ते प्रैस लिखा लैंदे ने। भाजी प्रैस लिखाना कोई खाले दा वाड़ा नहीं, प्रैस जिहड़ी एक बड़ी वड्डी चीज़ है जिसनों चौथा स्तंभ मनिया जांदा है लोकां दी सच्चाई झूठ अगर किसे अगे सुनाई नहीं हुंदी साडे सीएम साहब नूं वी लोड़ पै जाए ना तो वी प्रैस मीटिंग करके ही अपना देश नूं एक अपना सुनेहा दिंदे ने कि प्रैस नूं एड्डा वड्डा अहुदा पंजाब विच मनिया जांदा। मैं अपने भरावां नूं यही कहना चाहुंदा अगर तुसीं प्रैस दे विच काम नहीं करदे पे नहीं कर सकदे पर प्रैस दा नाम खराब ना करो, मैं यही बार बार इको संदेश देना चाहुंदा जी तुहानूं। इस तो अलावा तुसी हुण जिहड़ा वा कारोबार आ कम हुण की कोई अपना बिजनेस कोई चल रहा जां कर रहे हो कि इहदे बारे जरूर दसो जी। हाँ जी हाँ जी जी मैं जी तुहानूं दस्सिया कि जिस तरह स्ट्रगल करदा करदा अपनी रेहड़ियां वगैरह चाह दा कम वगैरह करदा लोकां दीआं ड्राइवरियां मैं दसना भी चाहुंदा कि मैं इत्थों तक कि लोकां दीआं ड्राइवरियां भी कीतियां जी, लोकां दीआं गड्डियां भी साफ कीतियां ने, अपनी सारी स्ट्रगल बारे तुहानूं अग्गे भी दस चुके हैं कि मैं इस टाइम के उत्ते जी अपनी गांधी चौंक जिथे मेरे प्यो का देन सी प्यो मेरा दे गया जी उस दुकान के उत्ते डेरा रोड से मेरी दुकान है जी गांधी चौंक दे विच ठंडी खूही बड़ी मशहूर है नेड़े मेरी दुकान है जी, उत्थे मैं इस टाइम स्कूल बैग का काम कर रहा जी बैग शॉप है जी मेरी। ठीक है तो एक ना मैं तुहाडा ही वेख्या कि तुसीं मौज जिहड़ी अपनी ऐप आ ते इंस्टाग्राम ते तुसीं रीलां वगैरह वीडियो बना के बहुत पोस्ट करते हो अपलोड करते हो वीडियो तो वह शौक जिहड़ा तुहानूं किवें पिया? शौक दी नहीं गल जी जिस तरह की अजकल दुनिया मनोरंजन दे नाल तुरदी पई है जी, मैं भी अपनी जिंदगी दे विच सोचदा कि जे जिंदगी मिली है तो माँ प्यो रोकण वाले ना होण ते बच्चे चंगे काम करन ते माँ भी नहीं रोकदी तो मेरे घर के बड़े खुश होंगे कि जो मैं फ्री टाइम हो जाता जी बैठ जाता लोग फ्री टाइम में यूज़ करने वास्ते, अजक लोगों ने जोड़ा एक फ्री टाइम है कई युवा पीढ़ी जी नशे में धुक चुकी है, मैं उन्होंने संदेश देना चाहना कि नशियां को छड़ के इस हासे मजाक वाली चीज़ों में पईए अपना फ्री टाइम नशियां से न गुजारीए कि जो फ्री टाइम मिलता तो मौज तो इंस्टाग्राम बड़ी वधिया एक साड़ी डाउनलोडिंग चलती पी है फोनों के उत्ते आप यूज़ करके अपने हासे कुछ फनी वीडियो मेरे यार दोस्त बड़े मैनू इंस्टाग्राम से मौज से जरूर भी फॉलोवर भी किए हैं मेरे फॉलोइंग वधी हैं। मैं फिर संदेश देना चाहना कि मेरे जो सैड सोंग होंगे ने कई भरा मैं कमेंट मारते कि भरा भरजाई ठीक है की गल आज सैड वो भाजी ऐसा कुछ नहीं हुंदा सिर्फ एक फीलिंग हुंदी है वो फीलिंग लैके तुसी फीलिंग च आया करो वीडियो वेख के भरा नूं कमेंट जरूर करया करो पर इदां सोचना सोचया करो क्योंकि भरा जिंदगी च कभी सैड नहीं होया माड़ा समा भी आया से मैं सैड कभी नहीं हुंदा पर मेरी वीडियो वेख के कमेंट ते मैनूं फॉलोइंग जरूर करो इंस्टाग्राम ते अपने मौज उत्ते मेरी अखिल मल्होत्रा 3577 मेरी आई डी है जी तुसी इंस्टाग्राम ते मौज उत्ते मैनूं फॉलो कर सकते हो। मैं मलकपुरी जी एक छोटा जिहा तुहाडे कोल टाइम लेना चाहना दोगे अपनी वीडियो तुहानूं इंस्टाग्राम ते मैं तुहानूं दिखा देना तुसी देख सकते हो मेरे कैमरे दे विच तुहानूं दिखाई दे रहा मैं तुहानूं दिखाना मेरी आई डी तुसी देख सकते हो मेरी इंस्टाग्राम की आई डी है जी मलकपुरी जी ते इत्ते मैं अपनी वीडियो अपलोड करदा जी मैनूं शौक है कि मैं नहीं कभी वेख्या कि मैनूं किस तरह के सैड भी मैं चला के दिखा देना कि लोग मैनूं मारदे ने ताने जी तू सैड भाना ते सैड ही देख लो मेरी वीडियो
तो इस तरह ही मलिक जी बस शौक पिया जी इंस्टाग्राम फॉलो तो मैं अपने फलोवर मेरे वधे ने लोगों ने बड़ा प्यार किया मैनू तो लोग इंजॉय भी करते हैं। मैं धन्यवाद करदा जिहड़े भरा कमेंट मारते हैं जो मैं सैड गाने पाना उन्होंने भी दिलों धन्यवाद करदा कि चलो अपने गरीब भरा नूं कितें याद तो करते हैं। सो ये सी अखिल मल्होत्रा जी तो इन्हां दी जिंदगी बारे कुछ गल्लां जिहड़ियां आपां इन्हां दे बारे जानियां ते उम्मीद करदे हां कि तुसीं इस इंटरव्यू नूं इन्हां दी लाइफ बारे बहुत वधिया लगा होएगा सुन के। तो आखिरवार तुसीं जांदे जांदे की सुनेहा देना चाहुंदे हो? वेखो जी फिर गल स्नेहे वाली जी आ जाती है फिर मैं नाम लैना माँ का। सब तो पहला माँ का नाम फिर दूजा नाम रब का। रब नूं याद जरूर करो क्योंकि मैं सवेरे उठता हाँ अपने मैं अपनी स्टोरी तुहानूं थोड़ी जी क्लिप च दस देना लास्ट बारे सवेरे उठता सी मैं घरों आंदा सी मेरी माँ कहिंदी सी जदों मेरे ते माड़ा वक्त आया सी कि पुत्तर कित्थे चलिया मैं अपनी माँ नूं नहीं दसदा सी कि मैं बाहर जाके सब्जी की रेहड़ी लगानी है नहीं तो मेरी माँ ने आजादी के दिवस वेखे ही जिन्होंने कहने आजादी वेखी हो जिस घर ने उसने चीज़ा वेखनिया तो बड़ी दिक्कत होंदी सी। मैं अपनी माँ को कहता सी कि माता तू मेरे मगरे नहीं आना मेरी दुकान पर मैं की करदा हाँ पर तेनू राती रोटी जोगे पैसे मैं जरूर देवांगा। मैं अपनी जो घरों तुरदा सी मैं अपनी माँ के नाल अपने घर के भी हैल्प करांदा रहा जी काम की उन्हां दे नाल सवेरे उठना माड़ा समा आ गया। अज भी मैं अपना जिहड़ा साडा जिहड़ा मकान है जी सब कुछ गवा के बैठे हुए हाँ अज भी मैं अपने एक रेंट दे उत्ते रह रहा जी मकान दे विच बटाला शहर दे विच शायद वह दिन दूर नहीं रब जे सुन लवे जां मेरी माँ का आशीर्वाद पै जाए शायद कुछ दिनों दे विच कुछ सालों दे विच कुछ पलों दे विच शायद रब मेरे ते कृपा कर देवे तो छोटी जी कुली शायद मैं बना सकां ते अपनी माँ का सुपना जिहड़ा पूरा कर सकां। यही मैं देशवासियों अपनी युवा पीढ़ी नूं इको गल ते इको ही आखिरी वारी कहना चाहना कि माँ दे नाल प्यार हमेशा करो माँ नूं याद हमेशा रखियो। जिन्हां दियां मर जांदियां ने मावां उन्हां पुत्तां कोलों एक वारी जाके जरूर पुछियो कि मावां दा साया हुंदा की आ। जिन्हां दियां मावां जींदियां ने उन्हां को प्यार लैके एक बार जरूर वेखियो। थैंक यू माँ। मैं अपनी माँ नूं यही संदेशा देना चाहना कि जिन्ना तुसीं कीता मेरे वास्ते बहुत वधिया कीता ते ऐसी संदेश नाल मैं तुहानूं मलकपुरी जी एक बार सारे वासियों फिर कहना चाहना अपने युवा पीढ़ी कि माँ का साया सिर ते हाथ जदों तक होगा कभी नहीं डोलोगे तो माँ के साए के बगैर जिंदगी से तुसी अगे कभी नहीं बढ़ सकोगे। आई लव यू मॉम। सो इस दे नाल ही सो दोस्तों आप मिलते हैं किसी होर नवी इंटरव्यू। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज।